ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਲਈ ਮਹਾਨ ਲੈਜੈਂਡਰੀ ਕਲਾਕਾਰ ਸੁਰਿੰਦਰ ਸ਼ਿੰਦਾ ਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਨੇ ਇਸ ਖੇਤਰ ਵਿੱਚ ਆਉਣ ਦੇ ਲਈ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਅਤੇ ਜਿਸ ਮੁਕਾਮ 'ਤੇ ਨੇ ਉਹ ਅੱਜ, ਇਸ ਮੁਕਾਮ ਨੂੰ ਪਾਉਣ ਲਈ ਉਹਨਾਂ ਨੇ ਲਾਈਫ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ ਸੁਰਿੰਦਰ ਸ਼ਿੰਦਾ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਮਿਊਜ਼ਿਕ ਕਰੀਅਰ ਬਾਰੇ ਅਤੇ ਉਹਨਾਂ ਦੇ ਫਿਲਮੀ ਕਰੀਅਰ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਅਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਸੁਰਿੰਦਰ ਸ਼ਿੰਦਾ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਸੁਰਿੰਦਰ ਸ਼ਿੰਦਾ ਦਾ ਜਨਮ 20 ਮਈ 1953 ਨੂੰ ਮਾਤਾ ਵਿਦਿਆਵਤੀ ਦੀ ਕੁੱਖੋਂ ਅਤੇ ਪਿਤਾ ਉਸਤਾਦ ਮਿਸਤਰੀ ਬਚਨ ਰਾਮ ਦੇ ਘਰ ਪਿੰਡ ਛੋਟੀ ਇਆਲੀ ਲੁਧਿਆਣਾ ਪੰਜਾਬ ਵਿਖੇ ਹੋਇਆ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਰੱਖਿਆ ਸੁਰਿੰਦਰ ਪਾਲ ਧਾਮੀ। ਸੁਰਿੰਦਰ ਸ਼ਿੰਦਾ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਿਉਂਕਿ ਉਹਨਾਂ ਦੇ ਘਰ ਵਿੱਚ ਹੀ ਸਿੰਗਿੰਗ ਦਾ ਮਾਹੌਲ ਸੀ। ਉਹਨਾਂ ਦੇ ਪਿਤਾ ਉਸਤਾਦ ਮਿਸਤਰੀ ਬਚਨ ਰਾਮ ਬਹੁਤ ਹੀ ਵਧੀਆ ਕਲਾਸੀਕਲ ਸਿੰਗਰ ਸਨ। ਇਸ ਤੋਂ ਬਿਨਾਂ ਉਹਨਾਂ ਦੇ ਨਾਨਾ ਜੀ ਵੀ ਬਹੁਤ ਹੀ ਵਧੀਆ ਫੋਕ ਸਿੰਗਰ ਸਨ। ਇਸ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਸੁਰਿੰਦਰ ਸ਼ਿੰਦਾ ਜੀ ਨੂੰ ਬਚਪਨ ਤੋਂ ਹੀ ਘਰ ਵਿੱਚ ਹੀ ਸਿੰਗਿੰਗ ਦਾ ਮਾਹੌਲ ਮਿਲਿਆ ਤਾਂ ਉਹਨਾਂ ਨੇ ਬਚਪਨ ਵਿੱਚ ਹੀ ਸਿੰਗਿੰਗ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਸੁਰਿੰਦਰ ਸ਼ਿੰਦਾ ਜੀ ਨੇ ਆਪਣੀ ਮੁੱਢਲੀ ਵਿੱਦਿਆ ਗੌਰਮੈਂਟ ਪ੍ਰਾਇਮਰੀ ਸਕੂਲ ਹਾਥਾ ਸ਼ੇਰ ਜੰਗ ਲੁਧਿਆਣਾ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਗੌਰਮੈਂਟ ਮਲਟੀਪਰਪਜ਼ ਸਕੂਲ ਲੁਧਿਆਣਾ ਵਿਖੇ ਦਾਖਲਾ ਲਿਆ ਅਤੇ ਆਪਣੀ ਸਕੂਲਿੰਗ ਪੂਰੀ ਕੀਤੀ। ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ SIS ਲੁਧਿਆਣਾ ਵਿਖੇ ਸ਼ਾਰਟ ਇੰਜੀਨੀਅਰਿੰਗ ਵਿੱਚ ਮਕੈਨੀਕਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਮਕੈਨੀਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿਖੇ ਜੌਬ ਕੀਤੀ। ਪਰ ਉਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ, ਇਸ ਕਰਕੇ ਉਹਨਾਂ ਨੇ ਸਿੰਗਿੰਗ ਨੂੰ ਹੀ ਆਪਣਾ ਕਰੀਅਰ ਬਣਾਉਣ ਦਾ ਸੋਚਿਆ। ਇਸੇ ਕਰਕੇ ਹੀ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸਿੰਗਿੰਗ ਦੀਆਂ ਹੋਰ ਵੀ ਬਰੀਕੀਆਂ ਚੰਗੀ ਤਰ੍ਹਾਂ ਸਮਝਣਗੇ। ਇਸੇ ਲਈ ਹੀ ਉਹਨਾਂ ਨੇ ਉਸਤਾਦ ਜਸਵੰਤ ਭਮਰਾ ਜੀ ਨੂੰ ਉਸਤਾਦ ਧਾਰਿਆ ਅਤੇ ਉਹਨਾਂ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ। ਅਤੇ ਦੋਸਤੋ, ਜੇਕਰ ਆਪਾਂ ਉਹਨਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੈਰਿਜ ਹੋਈ ਬੀਬੀ ਜੋਗਿੰਦਰ ਕੌਰ ਨਾਲ ਅਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ। ਉਹਨਾਂ ਦੇ 2 ਬੇਟੇ ਨੇ ਅਤੇ 2 ਬੇਟੀਆਂ ਨੇ। ਉਹਨਾਂ ਦੇ ਬੇਟਿਆਂ ਦਾ ਨਾਮ ਹੈ ਮਨਿੰਦਰ ਸ਼ਿੰਦਾ, ਸਿਮਰਨ ਸ਼ਿੰਦਾ। ਮਨਿੰਦਰ ਸ਼ਿੰਦਾ ਵੀ ਇੱਕ ਬਹੁਤ ਹੀ ਵਧੀਆ ਪੰਜਾਬੀ ਸਿੰਗਰ ਨੇ ਅਤੇ ਉਹਨਾਂ ਦੀਆਂ ਬੇਟੀਆਂ ਦਾ ਨਾਮ ਹੈ ਮੀਨਾ ਅਤੇ ਨੀਨੂ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਸੁਰਿੰਦਰ ਸ਼ਿੰਦਾ ਜੀ ਦੇ ਮਿਊਜ਼ਿਕ ਕਰੀਅਰ ਬਾਰੇ। ਸੁਰਿੰਦਰ ਸ਼ਿੰਦਾ ਜੀ ਦਾ ਪਹਿਲਾ ਗੀਤ ਆਇਆ ਸੀ ਉੱਚਾ ਬੁਰਜ ਲਾਹੌਰ ਦਾ, ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ। ਇਹ ਗਾਣਾ ਸੁਪਰ ਡੁਪਰ ਹਿੱਟ ਹੋਇਆ ਸੀ। ਇਸ ਤੋਂ ਬਾਅਦ 1989 ਵਿੱਚ ਉਹਨਾਂ ਦੀ ਐਲਬਮ ਆਈ ਰੱਖ ਲੈ ਕੈਲੰਡਰ ਯਾਰਾ, ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਅਤੇ ਇਹ ਐਲਬਮ ਸੁਪਰ ਹਿੱਟ ਹੋਈ। ਹੁਣ ਤੱਕ ਸੁਰਿੰਦਰ ਸ਼ਿੰਦਾ ਜੀ ਦੀਆਂ 40 ਤੋਂ ਵੀ ਵੱਧ ਐਲਬਮਸ ਮਾਰਕੀਟ ਵਿੱਚ ਆ ਚੁੱਕੀਆਂ ਅਤੇ ਉਹਨਾਂ ਦੀਆਂ ਜ਼ਿਆਦਾਤਰ ਐਲਬਮਸ ਸੁਪਰ ਹਿੱਟ ਰਹੀਆਂ। ਜੇ ਦੋਸਤੋ ਉਹਨਾਂ ਦੇ ਆਪਾਂ ਹਿੱਟ ਸੌਂਗਸ ਦੀ ਗੱਲ ਕਰੀਏ ਤਾਂ ਜੱਟ ਜੌਣਾ ਮੋੜ, ਪੁੱਤ ਜੱਟਾਂ ਦੇ, ਟਰੱਕ ਬੱਲੀਏ, ਬਲਵੀਰੋ ਭਾਬੀ, ਬਦਲਾ ਲੈ ਲਈ ਸੋਹਣਿਆ, ਇਹ ਗੀਤ ਸੁਪਰ ਹਿੱਟ ਹੋਏ ਅਤੇ ਇਹ ਗਾਣੇ ਅੱਜ ਵੀ ਬੱਚੇ ਬੱਚੇ ਦੀ ਜ਼ੁਬਾਨ 'ਤੇ ਆ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਸੁਰਿੰਦਰ ਸ਼ਿੰਦਾ ਜੀ ਦੇ ਫਿਲਮੀ ਕਰੀਅਰ ਬਾਰੇ। ਦੋਸਤੋ, ਸੁਰਿੰਦਰ ਸ਼ਿੰਦਾ ਜੀ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਜਿੰਨਾ ਵੀ ਫਿਲਮਾਂ ਵਿੱਚ ਕੰਮ ਕੀਤਾ, ਜ਼ਿਆਦਾਤਰ ਫਿਲਮਾਂ ਉਹ ਸੁਪਰ ਹਿੱਟ ਰਹੀਆਂ। ਉਹਨਾਂ ਨੇ ਪੁੱਤ ਜੱਟਾਂ ਦੇ, ਉੱਚਾ ਦਰ ਬਾਬੇ ਨਾਨਕ ਦਾ, ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਪਟੋਲਾ ਅਤੇ ਇਸ ਤੋਂ ਬਿਨਾਂ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਜਿਹੜੀਆਂ ਸੁਪਰ ਹਿੱਟ ਹੋਈਆਂ। ਇਸ ਤੋਂ ਬਾਅਦ ਦੋਸਤੋ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਸੁਰਿੰਦਰ ਸ਼ਿੰਦਾ ਜੀ ਦੇ ਅਵਾਰਡਸ ਅਤੇ ਹੋਬੀਜ਼ ਬਾਰੇ। ਪਰ ਅਵਾਰਡਸ ਅਤੇ ਹੋਬੀਜ਼ ਦੀ ਗੱਲ ਕਰਨ ਤੋਂ ਪਹਿਲਾਂ ਸਾਡੇ ਬਹੁਤ ਹੀ ਟੈਲੈਂਟਡ ਵੀਰ ਰਿੰਕੂ ਕਥਾਲਾ ਜੀ ਤੁਹਾਡੇ ਨਾਲ ਇੱਕ ਛੋਟਾ ਜਿਹਾ ਮੈਸੇਜ ਸਾਂਝਾ ਕਰਨਾ ਚਾਹੁੰਦੇ ਆ। ਸੋ ਦੋਸਤੋ, ਸੁਣਦੇ ਹਾਂ ਰਿੰਕੂ ਕਥਾਲਾ ਜੀ ਦਾ ਮੈਸੇਜ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਆ ਜੀ, ਠੀਕ ਹੋ ਸਾਰੇ? ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਸਭ ਨੂੰ। ਸੋ ਗਾਣਾ ਲੈ ਕੇ ਆ ਰਹੀ ਆਪਾਂ, ਇੱਕ ਨਵਾਂ ਗਾਣਾ, ਗਾਣੇ ਦਾ ਨੇਮ ਹੈ ਸ਼ੋਰਟ ਟੌਪ। ਸੋ ਜਨਵਰੀ 2018 'ਚ ਰਿਲੀਜ਼ ਕਰਦੇ ਹਾਂ ਜੀ। ਰਿਲੀਜ਼ ਡੇਟ ਹਾਲੇ ਨਹੀਂ ਰੱਖੀ, ਰਿਲੀਜ਼ ਡੇਟ ਇਸੇ ਚੈਨਲ ਤੋਂ ਜਲਦੀ ਦੱਸਾਂਗੇ। ਸੋ ਉੱਦਾਂ ਹੀ ਸਪੋਰਟ ਕਰਨੀ ਹੈ ਜੀ ਜਿੱਦਾਂ ਤੁਸੀਂ ਮੇਰੇ ਪਹਿਲਾਂ ਵਾਲੇ ਗਾਣਿਆਂ ਨੂੰ ਸਪੋਰਟ ਕਰੀ ਆ। ਅਤੇ ਜਿਹਨੇ ਪਹਿਲਾਂ ਵਾਲਾ ਹਾਲੇ ਕੋਈ ਗਾਣਾ ਨਹੀਂ ਸੁਣਿਆ ਉਹ ਯੂਟਿਊਬ 'ਤੇ ਜਾ ਕੇ ਸਰਚ ਕਰ ਸਕਦਾ ਜੀ, ਰਿੰਕੂ ਕੁਠਾਲਾ। ਸੋ ਜਲਦੀ ਦੱਸਦੇ ਜੀ ਰਿਲੀਜ਼ ਡੇਟ। ਥੈਂਕ ਯੂ।
ਦੋਸਤੋ ਮੈਨੂੰ ਉਮੀਦ ਆ ਤੁਸੀਂ ਬਾਈ ਰਿੰਕੂ ਕਥਾਲਾ ਜੀ ਦਾ ਮੈਸੇਜ ਸੁਣ ਲਿਆ ਹੋਊਗਾ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਨਵਾਂ ਗੀਤ ਆ ਰਿਹਾ ਸੋ ਬਾਈ ਬਹੁਤ ਹੀ ਟੈਲੈਂਟਡ ਸਿੰਗਰ ਆ ਇਹਨਾਂ ਦਾ ਗੀਤ ਜ਼ਰੂਰ ਸੁਣਿਓ ਸੋ ਦੋਸਤੋ ਹੁਣ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਸੁਰਿੰਦਰ ਸ਼ਿੰਦਾ ਜੀ ਦੀ ਬਾਇਓਗ੍ਰਾਫੀ ਦੋਸਤੋ ਸੁਰਿੰਦਰ ਸ਼ਿੰਦਾ ਜੀ ਨੂੰ ਹੁਣ ਤੱਕ ਬਹੁਤ ਸਾਰੇ ਅਵਾਰਡਸ ਮਿਲ ਚੁੱਕੇ ਆ ਜੇ ਆਪਾਂ ਉਹਨਾਂ ਦੇ ਮੇਨ ਅਵਾਰਡਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪੰਜਾਬ ਗੌਰਵ ਰਤਨ ਅਵਾਰਡ ਕਲਾ ਪ੍ਰੀਸ਼ਦ ਵੱਲੋਂ ਮਿਲਿਆ ਇਸ ਤੋਂ ਬਿਨਾਂ ਉਹਨਾਂ ਨੂੰ ਸ਼੍ਰੋਮਣੀ ਗਾਇਕ ਅਵਾਰਡ ਪੰਜਾਬ ਗੌਰਮੈਂਟ ਵੱਲੋਂ ਮਿਲ ਚੁੱਕਿਆ ਪੰਜਾਬੀ ਫੋਕ ਅਵਾਰਡ ਮਿਲਿਆ ਉਹਨਾਂ ਨੂੰ ਪੰਜਾਬ ਸਰਕਲ ਇੰਟਰਨੈਸ਼ਨਲ ਯੂਕੇ ਵੱਲੋਂ ਇਸ ਤੋਂ ਬਿਨਾਂ ਦੋਸਤੋ ਸੁਰਿੰਦਰ ਸ਼ਿੰਦਾ ਜੀ 2500 ਤੋਂ ਵੀ ਜ਼ਿਆਦਾ ਇਨਾਮ ਜਿੱਤ ਚੁੱਕੇ ਆ ਸੋ ਉਹਨਾਂ ਦੇ ਘਰ 2500 ਤੋਂ ਵੀ ਜ਼ਿਆਦਾ ਟਰੋਫੀਜ਼ ਮੌਜੂਦ ਨੇ ਅਤੇ ਉਹ ਹੁਣ ਤੱਕ 26 ਗੋਲਡ ਮੈਡਲ ਵੀ ਜਿੱਤ ਚੁੱਕੇ ਆ ਮੈਨੂੰ ਲੱਗਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਿਸੇ ਹੋਰ ਸਿੰਗਰ ਨੇ ਇੰਨੇ ਗੋਲਡ ਮੈਡਲ ਨਹੀਂ ਜਿੱਤੇ ਹੋਣੇ ਸੋ ਦੋਸਤੋ ਸੁਰਿੰਦਰ ਸ਼ਿੰਦਾ ਜੀ ਬਹੁਤ ਹੀ ਮਹਾਨ ਕਲਾਕਾਰ ਆ ਅਤੇ ਮਹਾਨ ਕਲਾਕਾਰ ਹੋਣ ਦੇ ਨਾਲ ਉਹ ਇਨਸਾਨ ਵੀ ਬਹੁਤ ਵਧੀਆ ਹੁਣ ਆਪਾਂ ਗੱਲ ਕਰਦੇ ਹਾਂ ਸੁਰਿੰਦਰ ਸ਼ਿੰਦਾ ਜੀ ਦੀ ਹੋਬੀਜ਼ ਬਾਰੇ ਤਾਂ ਸੁਰਿੰਦਰ ਸ਼ਿੰਦਾ ਜੀ ਨੂੰ ਸਿੰਗਿੰਗ ਸਪੋਰਟਸ ਵਾਕਿੰਗ ਅਤੇ ਸਾਈਕਲਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ ਇਸ ਤੋਂ ਬਿਨਾਂ ਉਹਨਾਂ ਨੇ ਵੇਟ ਲਿਫਟਿੰਗ ਅਤੇ ਭਲਵਾਨੀ ਵੀ ਕੀਤੀ ਆ ਸੋ ਦੋਸਤੋ ਸੁਰਿੰਦਰ ਸ਼ਿੰਦਾ ਜੀ ਵਰਗੇ ਮਹਾਨ ਕਲਾਕਾਰ ਕਦੇ ਕਦੇ ਹੀ ਇਸ ਸੰਸਾਰ 'ਤੇ ਜਨਮ ਲੈਂਦੇ ਆ ਸੋ ਆਪਾਂ ਤਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਸੁਰਿੰਦਰ ਸ਼ਿੰਦਾ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਅਤੇ ਵਧੀਆ ਵਧੀਆ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਅਤੇ ਆਪਣੇ ਫੈਨਸ ਦਾ ਮਨੋਰੰਜਨ ਕਰਦੇ ਰਹਿਣ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਸ ਤੋਂ ਬਿਨਾਂ ਜੇਕਰ ਤੁਸੀਂ ਵੀ ਆਪਣੇ ਕਿਸੇ ਫੇਵਰੇਟ ਸਟਾਰ ਦੀ ਬਾਇਓਗ੍ਰਾਫੀ ਬਣਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਤੋਂ ਬਿਨਾਂ ਆਪਣਾ ਫੇਸਬੁੱਕ 'ਤੇ ਬੋਲੀ ਹੋਲੀ ਬਾਬਾ ਦੇ ਨਾਮ ਦਾ ਪੇਜ ਬਣਿਆ ਪਲੀਜ਼ ਉਸ ਨੂੰ ਜ਼ਰੂਰ ਲਾਈਕ ਕਰ ਲਿਓ ਅਤੇ ਅੰਤ ਵਿੱਚ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਸੋ ਜੀ ਇਹਨੇ ਸ਼ਬਦਾਂ ਨਾਲ ਲੈਣੀ ਹੈ ਇਜਾਜ਼ਤ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ